मेरा क्यों हाल खैर है, तबीयत से ठीक है। अच्छा आज जरा एक्सप्लेनेशन है, मैं तो थोड़ी क्रेसा एक छोटा जरा मिनी फॉर्म आखो चा निका जरा भरा आखो चा भेजा दा इंदी गुंजाइश के बारे, इंदी मटेरियल के बारे, इंदी मतलब लेंथ वगैरह जितने इंदी कॉस्ट आई खड़ी खर्चा वगैरह सारा इंदी कैलकुलेशन थोड़ी से असा। तो सब तो पहले तो शुरू करें मतलब दरवाज़ा है और इतना पानी का सिस्टम है मतलब इन साइड से नाल मोटर लगी पी है ना, तो तकरीबन गालबन कोई ही डेढ़ कनाल अंदर है ਭਾਣਾ ਪਤਾ ਹੋਇਆ ਨਾਲ ਡਿਟ ਕਨਾਲ ਬਣ ਰਹੀ ਸੀ। ਤਾਂ ਇਹਦੇ ਵਿੱਚ ਜਿਹੜੀ ਤਾਰ ਲੱਗੀ ਖੜੀ ਹੈ ਇਹ 11 ਨੰਬਰ ਤਾਰ ਹੈ ਔਰ 11 ਨੰਬਰ ਉਸ ਟਾਈਮ ਸਭ ਨੂੰ ਸਸਤੀ ਮਿਲੀ ਹੈ ਕਿਉਂਕਿ ਉਸ ਟਾਈਮ ਇਤਨੀ ਮਹਿੰਗਾਈ ਕਹਿਣਾ ਹੈ, ਤਾਂ ਇਹ ਕਰੀਬਨ 100 ਕਿਲੋ ਦੇ ਲੱਗੀ ਖੜੀ ਹੈ ਔਰ 65 ਰੁਪਏ ਦੇ ਹਿਸਾਬ ਨਾਲ ਸਭ ਮਿਲੀ ਖੜੀ 165 ਰੁਪਏ ਨਾਲ। ਤਾਂ ਉਸ ਤੋਂ ਬਾਅਦ ਇੱਦਾਂ ਸਭ ਜਿਹੜਾ ਹੈ ਮਿਸਾ ਕਰ ਦਿੰਦੇ ਹੈ, ਅਤੇ ਇਸ ਸਾਈਡ 'ਤੇ ਜਿਹੜਾ ਹੈ ਸਾਡਾ ਸਿਸਟਮ ਹੈ ਮਤਲਬ ਲਾਂਗੀ ਵਗੈਰਾ ਜਿਹੜਾ ਹੈ ਅਸੀਂ ਤਾਂ ਹੱਥ ਸੁੱਟੇ ਹੈ ਲਾਂਗੀ ਇਹਦੇ ਸਰੀਂ ਹੁੰਦਾ ਸੁੰਬਲ ਹੁੰਦਾ ਇਹ ਵਾਰ ਇੱਥੇ ਚੜ੍ਹਦੀਆਂ ਹੋਣ ਆਟੋਮੈਟਿਕ ਇਸ ਸਾਈਡ 'ਤੇ ਮਿਸਾਂ ਹੁੰਦਾ ਮਤਲਬ ਇਹ ਵਾਰ ਇਸ ਸੈਟਿੰਗ ਇਹ ਨਾ ਇਹਦੇ ਵਿੱਚ ਜਿਹੜਾ ਹੈ ਜਾਨਵਰ ਨਿੱਕੇ ਭਟੋਰੇ ਵਗੈਰਾ ਬੱਕਰੀ ਦੇ ਵਿੱਚ ਬੰਦਰੀ ਦੇ ਵਿੱਚ ਨਹੀਂ ਵੱਢਦੇ, ਤਾਂ ਉਹ ਮਿਸਾਂ ਜ਼ਾਇਆ ਥੀ ਹੁੰਦੇ ਚਾਂਸ ਕਮ ਹੁੰਦੇ, ਤਾਂ ਇਹ ਤਾਂ ਵਾਸਤੇ ਉਹਨਾਂ ਦੇ ਫੱਟੇ ਛੱਟੇ ਸਾਈਡ ਕੋਲ ਲੱਗੇ ਹੋਏ ਨੇ। ਅਤੇ ਬਾਕੀ ਇਸ ਸਾਈਡ ਤੋਂ ਮੈਂ ਗਿਣਾ ਵਾਂ ਇਹ ਚੁੱਕਾ ਸਭ ਬਣਾਇਆ ਹੋਈ ਇਹਨਾਂ ਵਾਸਤੇ ਬੱਕਰਾਂ ਵਾਸਤੇ, ਲੇਕਿਨ ਚੂੰਕਿ ਉਹਦੇ ਵਾਸਤੇ ਨਹੀਂ ਆ ਯੂਜ਼ੇਬਲ, ਤਾਂ ਬਸ ਅੰਦਰ ਬੰਦਰੀ ਰੱਖ ਦਿੱਤੀ ਸੀ ਜਿਵੇਂ ਮਤਲਬ ਖਾਂਦੀ ਖੜੀ ਹੈ ਬੱਕਰੀ। ਤਾਂ ਇਹ ਵੈਸੇ ਨਿੱਕੇ ਫਲ ਵਾਲਾ ਵੀ ਵਾੜਦੇ ਰਹਿੰਦੇ, ਲੇਕਿਨ ਇਹਦੇ 'ਚ ਇਹ ਫਾਇਦਾ ਇਹ ਹੁੰਦਾ ਕਿ ਬਾਹਰੋਂ ਮੂੰਹ ਟਪਾ ਅੰਦਰ ਖਾਂਦੀਆਂ ਨਾ, ਤਾਂ ਮਿਸਾ ਵਗੈਰਾ ਜ਼ਾਇਆ ਥਿਉਣ ਦੇ ਚਾਂਸ ਕਮ ਹੁੰਦੇ ਨੇ। ਤਾਂ ਇਹ ਹਿਸਾਬ ਸਾਰੀ ਸੈਟਿੰਗ ਮਤਲਬ ਇਹ ਚੀਰਾਂ ਦਾ ਬਣਾ ਹੋਇਆ ਹੈ, ਇਹਦੇ ਵਿੱਚ ਤਕਰੀਬਨ 200 ਤੌਰ ਦਾ ਜਿਹੜਾ ਸਰੀਆ ਉਹ ਲੱਗਾ ਹੋਇਆ। ਤਾਂ ਉਸ ਤੋਂ ਬਾਅਦ ਇਹ ਨੋਚੀ ਬੱਕਰੀ ਬੈਠੀ, ਬਾਕੀ ਜਿਹੜਾ ਇਹ ਬਾਕੀ ਬੰਦਰੀਆਂ ਸਾ ਕੁਝ ਕਲੋਜ਼ ਰੱਖੇ ਹੋਏ ਬੇਸ ਸਨ ਇਸਤੇਮਾਲ ਕਰਨ ਕੀਤੀਆਂ ਇਹ ਦੇਖ ਨੋਈ ਕੋ ਸਾਰਾ ਮਤਲਬ ਇਹ ਸੈਟਿੰਗ ਸਾਰੀ। ਅੱਛਾ ਇਹਦੇ ਵਿੱਚ ਇਹ ਕਿ ਗਲਬਣੀ ਦੇ ਉੱਤੇ 3,500 ਜਿਹੜੀ ਨਾ ਸਿੱਲ ਲੱਗੀ ਖੜੀ ਇਹ ਸਿਰਫ ਇਹਦੇ ਉੱਤੇ ਐਰਿਸ ਨਾਲ, ਅਤੇ ਇਹਦੇ ਵਿੱਚ ਜਿਹੜਾ ਹੈ ਬਾਂਸ ਇਸਤੇਮਾਲ ਥਿਆ ਖੜੇ, ਅਤੇ ਉਸ ਤੋਂ ਬਾਅਦ ਜਿਹੜਾ ਨਾ ਟੀ ਆਰ ਗਾਰਡ ਰਹੀ ਤਕਰੀਬਨ 800 ਗ੍ਰਾਮ ਵਾਲੀ ਹਲਕੇ ਗਾਰਡ ਰਹੀ। ਉਸ ਤੋਂ ਬਾਅਦ ਜਿਹੜਾ ਹੈ ਇਹ ਸਾਈਡ ਦੇਖਦੇ ਖੁੱਲੀ ਜਿਹੀ ਬਣਾਈ ਹੋਈ ਹੈ ਮਤਲਬ ਇਹਦੇ ਵਿੱਚ ਜਿਹੜਾ ਹੈ ਨਾ ਨਿੱਕੇ ਫਲ ਸ਼ਲ ਮਤਲਬ ਜਿਹੜੀ ਜਾ ਕੋਈ ਭੇਦ ਤਾਜ਼ੀ ਸੂਈ ਹੋਵੇ ਤਾਂ ਉਹਦੇ ਵਿੱਚ ਅਸਾਂ ਉਹ ਵੀ ਇੱਥੇ ਕਲੋਜ਼ ਕਰੇ ਨੇ ਢੱਕੇ। ਤਾਂ ਬਾਕੀ ਤਾਂ ਇਹ ਵੀ ਉਹਦੇ ਨਾਲ ਹੀ ਬਹਾਉਣਾ ਹੈ। ਤਾਂ ਇਹਦੇ ਵਿੱਚ ਸਿਸਟਮ ਇਹ ਕਿ ਇਹਦੇ ਵਿੱਚ ਬੰਦਰੀ ਲੱਗੀ ਹੋਈ ਹੈ ਅਤੇ ਇੱਕ ਵੀ ਅਸਾਂ ਕਲੋਜ਼ ਕੀਤਾ ਤਾਂ ਕਿ ਨਾ ਵਿੱਚ ਨਾ ਵੜਨ, ਤਾਂ ਇਹਦੇ ਵਿੱਚ ਮਿਸਾ ਵਗੈਰਾ ਕਰਦੇ ਤਾਂ ਕਿ ਨਾ ਖੁੱਲ੍ਹੀਆਂ ਥੀ ਚੜ੍ਹਨ ਨਾ, ਇਹ ਤਾਂ ਮਿਸਾ ਜ਼ਿਆਨ ਨਹੀਂ ਥੀਂਦਾ। ਦੂਜੀ ਗੱਲ ਹੈ ਕਿ ਯਾਰ ਇਹਨਾਂ ਦੇ ਨਾ ਅੰਦਰ ਮੁਤਰਾਹਟ ਵਗੈਰਾ ਜਾਂ ਚਿੱਕੜ ਵਗੈਰਾ ਨਹੀਂ ਬਣਦਾ, ਤਾਂ ਇਹਦੀ ਸੈਟਿੰਗ ਦੇਖ ਲਓ ਕਿਉਂਕਿ ਪਹਿਲੇ ਪਤਾ ਹੋਇਆ ਥੋੜ੍ਹਾ ਜਿੱਕਾ ਸੀਗੀ ਇਹ ਭਰਾ ਬਾ ਦਿੱਤੀ ਹੈ, ਤਾਂ ਇਹਦੀ ਇਹਦੀ ਕਾਸਟ ਨਹੀਂ ਆਉਂਦੀ ਤਕਰੀਬਨ ਗਲਬਨ 2.5-3 ਦੇ ਨੇੜੇ ਨੇੜੇ ਨਾ, ਲੇਕਿਨ ਹੁਣ ਤਾਂ ਕਾਫੀ ਜ਼ਿਆਦਾ ਮਹਿੰਗਾਈ ਦਾ ਦੌਰ ਹੈ ਤਾਂ ਹੁਣ ਕਾਫੀ ਜ਼ਿਆਦਾ ਹੋ ਸੀ। ਤਾਂ ਇਹ ਪੂਰੇ ਏਰੀਆ ਦੇ ਵਿੱਚ ਮਤਲਬ ਤੁਸੀਂ ਉਸ ਸਾਈਡ ਤੋਂ ਗਿਣ ਕੇ ਨਾ ਮੈਂ ਤੁਹਾਨੂੰ ਸਾਰਾ ਰਿਵਿਊ ਕਰਾ ਦੇਵਾਂ। ਇਹ ਮੁਕੰਮਲ ਏਰੀਆ ਦੇ ਵਿੱਚ ਤਕਰੀਬਨ ਈਜ਼ਲੀ ਜਿਹੜਾ ਹੈ 250-200 ਪਹਾੜ ਆਰਾਮ ਨਾਲ ਖੜ ਸਕਦਾ, ਲੇਕਿਨ ਇੱਥੇ ਅਵੇਲੇਬਲ ਜਿਹੜਾ ਨਾ 100 ਤੱਕ ਹੋ ਸੀ ਕਿਉਂਕਿ 100 ਪਹਾੜ ਬਹੁਤ ਈਜ਼ਲੀ ਖੜ ਸਕਦਾ ਹੈ। ਜ਼ਿਆਦਾ ਜਿਹੜਾ ਉਸ ਵਕਤ ਉਹ ਮਤਲਬ ਉਹਦੇ ਵਾਸਤੇ ਰੋਜ਼ਾਨਾ ਸਫਾਈ ਦਾ ਇਸਤੇਮਾਲ ਕਰਨਾ ਪਊ ਸੀ, ਰੋਜ਼ਾਨਾ ਹਿਸਾਬ ਕਿਤਾਬ ਰੱਖਣਾ ਪਊ ਸੀ। ਤਾਂ ਸਾਰੇ ਕੋਲ ਮਤਲਬ ਇਹ ਆਲਮੋਸਟ ਤਕਰੀਬਨ 50-45 ਦੇ ਕਰੀਬਨ ਨੇ ਪਹਾੜ ਹੀ, ਤਾਂ ਮਤਲਬ ਈਜ਼ਲੀ ਖੜਦੇ ਨੇ ਇੰਨੇ ਸਫਾਈ ਜਿਹੜਾ ਅਸਾਂ ਹੁਣ ਤਾਂ ਸਫਾਈ ਕੰਮ ਥੀ ਪਈ, ਲੇਕਿਨ ਸਫਾਈ ਆਲਮੋਸਟ ਕੋਈ ਹਫ਼ਤੇ ਖਾਣ ਤੋਂ ਬਾਅਦ ਜਿਹੜਾ ਅਸਾਂ ਕਰਦੇ ਹਾਂ ਜਾਂ 4 ਦਿਨਾਂ ਬਾਅਦ 5 ਦਿਨਾਂ ਬਾਅਦ ਨਾ। ਤਾਂ ਅਗਰ ਜੇ ਉਤਨੇ ਪਹਾੜ ਜ਼ਿਆਦਾ ਹੋ ਸਕਣ ਦੇ ਵਿੱਚ ਭੇਜਿਆ ਬੱਕਰੀਆਂ ਜ਼ਿਆਦਾ ਹੋ ਸਕਣ, ਤਾਂ ਉਹਦੇ ਵਿੱਚ ਇਹ ਹੈ ਕਿ ਬਸ ਸਫਾਈ ਉਤਨੀ ਹੀ ਜਲਦੀ ਕਰਨਾ ਪਊ ਸੀ। ਉਸ ਤੋਂ ਬਾਅਦ ਜਿਹੜਾ ਨਾ ਇਹਦੇ ਵਿੱਚ ਮਤਲਬ ਇਹ ਇੱਕ ਦੇਸੀ ਸਿਸਟਮ ਹੈ ਕਿ ਇੱਥੇ ਲੂਣ ਰੱਖਾ ਹੋਏ ਨੱਕੇ ਦੇ ਵਿੱਚ ਬੱਠਲ ਦੇ ਵਿੱਚ ਪਾ ਦਿੰਦੇ ਨਾ, ਅਤੇ ਇਹ ਮਤਲਬ ਨਾਲ ਨਾਲ ਲੂਣ ਚਟਿੰਗ ਜਾ ਰਹਿੰਦੇ ਨੇ, ਅਤੇ ਇਹਦੇ ਵਿੱਚ ਉਸ ਮਿਨਰਲ ਦੀ ਕਮੀ ਜਿਹੜੀ ਪੂਰੀ ਥੀਂਦੀ ਇੱਥੇ ਵੀ ਰੱਖਿਆ ਹੋਇਆ ਸਾਂ, ਔਰ ਥੋੜ੍ਹਾ ਸਿਸਟਮ ਜਿਹੜਾ ਹੈ ਨਾ ਉਹ ਬੱਤੀ ਦਾ ਵੀ ਲਾਇਆ ਹੋਇਆ ਵੀ ਬੱਤੀ ਛੱਤੀ ਇਸਤੇਮਾਲ ਕੀਤੀ ਹੋਈ ਰਾਤ ਨੂੰ ਭੇਜ ਛੇਜ ਸੁਣਦੀ ਹੈ ਜਾਂ ਵਗੈਰਾ ਮਤਲਬ ਪੈਸੇ ਬਾਲ ਤੇ ਰੱਖਦੇ ਹਾਂ। ਤਾਂ ਇਹ ਮਤਲਬ ਸਿੰਪਲ ਜਿਹੇ ਕਾਸਟ ਲੋਅ ਕਾਸਟ ਇੱਕ ਫਾਰਮ ਕਜਰਾ ਵਹਾਣਾ ਹੈ ਮਿਨੀ ਫਾਰਮ ਆ ਕੁਛ ਆ,
ਤਾਂ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਸੀ, ਅਤੇ ਇਨਸ਼ਾਅੱਲਾ ਮਜ਼ੀਦ ਜਿਹੜੇ ਨਾ ਮੈਂ ਇਸ 'ਤੇ ਕੰਮ ਕਰੇ ਸਾਂ, ਮਤਲਬ ਮਜ਼ੀਦ ਕਿ ਤੁਹਾਨੂੰ ਫਾਰਮ ਵਿਜ਼ਿਟ ਕਰੇ ਸਾਂ ਤਾਂ ਇਹਦੇ 'ਤੇ ਕੰਮ ਕਰੇ ਸਾਂ। ਮਿਹਰਬਾਨੀ ਸਰ, ਬਹੁਤ ਮਿਹਰਬਾਨੀ।